ਬਸ ਗਰਮੀ ਬਹੁਤ ਆ ਅੱਜ ਸ਼ੋਪਿੰਗ ਕਰਕੇ ਨਾਲੇ ਆ ਫੰਕਸ਼ਨ ਕਰਕੇ ਤੇ ਅਮਨ ਜਸ ਵਲੌਗ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡਾ ਇੱਥੇ ਲਾਸਟ ਡੇ ਆ ਤੇ ਆ ਚਲੋ ਘੁੰਮਦੇ ਫਿਰਦੇ ਆ ਜਾ ਤੁਸੀਂ ਮौज ਕਰੋ ਆਓ ਹਾਂਜੀ ਆਪਾਂ ਪਹੁੰਚ ਚੁੱਕੇ ਆਪਾਂ ਕਿੱਥੇ ਰੋਜ਼ ਗਾਰਡਨ ਪਿਰੋਜਨ ਪੀ ਗਾਰਡਨ ਤੇ ਇਧਰ ਇਹ ਸਾਰੇ ਘੁੰਮਣ ਫਿਰਨ ਦੇ ਚੰਡੀਗੜ੍ਹ ਦਾ ਵਧੀਆ ਇਲਾਕਾ ਆਹ ਨਜ਼ਾਰੇ ਹੀ ਉਧਰ ਫੁਆਰਾ ਉਹਦੇ ਚੱਲਣ ਦੇ ਫੁਆਰੇ ਵੀ ਵਹਿੰਦੇ ਹਾਂ ਹਾਂਜੀ ਜੀ ਆਪਾਂ ਬੇਲਬੜੀ ਖਾਣ ਲੱਗੇ ਹਾਂ ਤੀਸ ਤੀਸ ਕੀ ਇੱਕ ਪਲੇਟ ਤੇ ਤਿੰਨ ਪਲੇਟ ਖਾਏਗੇ ਅੱਛੀ ਵਾਲੀ ਤੇ ਉਹ ਦਾ ਬੈਸਟ ਦੀਦੀ ਬਣਾ ਕੇ ਦੇਣ ਲੱਗੇ ਤੇ ਭੈਣ ਬਣਾਉਣ ਲੱਗੀ ਆ ਭਾਈ ਨੂੰ ਕਹਿੰਦੀ ਤੈਨੂੰ ਬਣਾਉਣੀ ਨਹੀਂ ਆਉਂਦੀ ਮੈਂ ਬਣਾ ਕੇ ਦੇਣੀ ਓਏ तुम्हारा क्या नाम है सोनू यादव तुम्हारा ऐसा क्यों नहीं है उनका पौवा है तो आप वो बताएगा ना इसका ऐसा नाम क्या है आपका फिर क्या नाम है छोटा नाम क्या है आपका नहीं बोतल छोटा संतरा है छोटा कोई भी नहीं नाम है झूठ बोल रहे हो वो पौवा बताएगा अब उसका नाम पौवा है आपका कैसे नहीं है वो पौवे से पूछना पौवा बताएगा इसका नाम क्या है पौवा इधर आना इसकी पौवा भैया कैसे है पौवा भैया कैसे है पौवा भैया आ गया हेलो कर दो भैया एक कर दो हाय भैया पॉपकॉर्न भी कर देना तीन आपका नाम क्या वैसे हाँ जी जी आप पॉपकॉर्न ते नाल बेलपुड़ी छकन दे आ आ हाडे आई चंडीगढ़ रोज गार्डन में आ इरा नाम इसका नाम क्या है पौवा इसका सोनू यादव नहीं 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 इसका नाम आपका नाम अच्छा क्या है सुभाष सुभाष यादव सोनू भैया बहुत अच्छा है नेचर इसका इसका भी थैंक यू भाई सो मच ओके भैया ਜੀ ਹੁਣ ਇਹ ਲੱਪਾ ਆਇਆ ਘਰ ਘਰ ਹੁਣ ਮੈਂ ਵੀ ਤਿਆਰ ਕਰਾਂਗੇ ਤਿਆਰ ਕਰਕੇ ਮੈਂ ਵੀ ਅਸੀਂ ਲਹਿੰਗਾ ਚੋਲੀ ਡਰੈਸ ਔਰ ਚੂੜਾ ਮੇਕਅਪ ਸਾਰਾ ਕਰਾਉਣਾ ਐਚਡੀ ਮੇਕਅਪ ਕਰਾਵਾਂਗੇ ਮੈਗੀ ਦੇ ਸਾਰਾ ਦੀ ਪਾਈ ਕਾਠੀ ਆ ਤਾਂ ਤੁਹਾਡੇ ਕੱਪੜੇ ਆਪਾਂ ਚੱਲਦੇ ਹਾਂ ਨਾ ਉੱਪਰ ਕੋਠੇ ਤੇ ਕੱਪੜੇ ਚਲੋ ਆ ਜਾਓ ਫਿਰ ਹਾਂ ਜੀ ਜੀ ਆਪਾਂ 12 ਵਜ ਚੁੱਕੇ ਨੇ ਤੇ ਸਾਡੀ ਲਾਸਟ ਆਪਾਂ ਚੱਲੇ ਆ ਆਪਾਂ ਚੱਲੇ ਆ ਚਾਹ ਪੀਣੇ ਤੇ ਨੀਂਦਰਾ ਬੁਰਾ बारह बज चुके ने समझदार की ਤੁਹਾਡਾ ਕੀ ਟੀਮ ਆਇਆ ਕਰੂਗੀ ਸਾਰੇ ਮਨ ਵੀ ਤੁਸੀਂ ਦੱਸੋ ਇਹ ਕੈਨ ਕੈਨ ਲੌਗ ਲੈ ਕੇ ਆਇਆ ਕਰਾਂਗੇ ਬਸ ਹੁਣ ਆਪਾਂ ਚਾਹ ਪੀਂਦੇ ਹਾਂ ਬਦਲ ਲੈ ਟਰਕਾਂ ਦੇ ਢਾਬੇ ਦੇ ਚਾਹ ਚੱਲ ਵਾਲੇ ਟਾਂਡੇ ਕਿਹੜੇ ਟੱਕਾ ਵਿੱਚ ਆਪੇ ਬਸ ਦੱਸ ਚਲੋ ਠੀਕ ਚੱਲਦੇ ਆ ਮਿਲਣ ਹਾਂਜੀ ਭੈਣ ਅੱਜ ਇੱਥੇ ਦਾ ਲਾ ਦੇ ਫਿਰ ਇਹ ਭੈਣਾਂ ਨੇ ਆਉਣਾ ਨਾ 9 ਤਰੀਕ ਨੂੰ ਇਹ ਜੋੜਾ ਭਾਈ 2 ਤਰੀਕ ਨੂੰ ਆਉਣਾ ਲੱਗੇ ਆਵਾਂਗੇ ਲੱਗੇ ਆਉਣਾ ਤੇ ਵੀਰੇ ਹੁਣਾਂ ਦੇ ਨਾਲ ਬਹੁਤ ਮਜ਼ਾ ਆਇਆ ਅੱਜ ਲਾਸਟ ਦੇਣਾ ਤਾਂ ਦਿਲ ਸਾਰਾ ਜੱਜੀ ਇਕੱਲੇ ਬੰਦੇ ਕਰਵਾ ਇਨਸਾਨ ਇਕੱਲੇ ਇਕੱਲੇ ਹੋ ਜਾਣਾ ਪੈਣਾ ਨਹੀਂ ਆਪਾਂ ਰਾਤ ਨੂੰ 9 ਵਜੇ ਹੋ ਜਾਣਾ ਇਹ ਲਾਈਵ ਫਿਰ ਆਪਾਂ ਰੈਗੂਲਰ ਇਹੀ ਰੱਖਣਾ ਹੈ ਵੀ ਕਿਊਟ ਕੋਪੀ ਖਾਪੜ ਖੇੜੀ ਤੇ ਅਮਨ ਜਸ ਵਲੌਗ ਇੰਨੇ ਜਣੇ ਸੀ ਲਾਈਵ ਦਾ ਯਾਰ ਗੱਡੀ ਜੋ ਹੈ ਨਾ ਪਹਿਲੀ ਵਾਰ ਖੜ ਕੇ ਦੇਖ ਆਪਾਂ ਪਹੁੰਚ ਗਏ ਆ ਪੁੱਲ ਤੇ ਆ ਨਜ਼ਾਰਾ ਦਾਰਾ ਸੜਕਾਂ ਸੜਕਾਂ ਖੁੱਲੀਆਂ ਪਈਆਂ ਹੱਲੇ ਨਾ ਕਿ ਨਜ਼ਾਰਾ अगे जाके कॉफी चलो कहना सुनाओ
ਲੈਣਾ ਕਿੰਨੇ ਜ਼ਿਆਦਾ ਕਦੇ ਬਾਪੂ ਦੀ ਕਮਾਈ ਦਾ ਮਾਂ ਦਾ ਲਾਡਲਾ ਤੇ ਲਾੜਾ ਹੁਣ ਪਊਗਾ ਖਲਾਰਾ ਹਾਜੀ ਸ਼ਾਹੀ ਉਹ ਐ ਕਹਿੰਦੀ ਅਮਨ ਢਾਬੇ ਤੇ ਪਹੁੰਚ ਗਏ ਆਪਾਂ ਤੇ ਇੱਥੇ ਹੁਣ ਪੀਵਾਂਗੇ ਚਾਹ ਤੇ ਹਨਾ ਆ ਜਾਓ ਫਿਰ ਚਾਹ ਪੀਵਾਂਗੇ ਤੇ ਨਾਲ ਆਪਾਂ ਕੁਲਚਾ ਲਾਵ ਤੇ ਹੁਣ ਚਾਹ ਜੋ ਪੀਵਾਂਗੇ ਤੇ ਆ ਜਾਓ ਫਿਰ ਹਾਂਜੀ ਮੈਂ ਤੁਹਾਡਾ ਆਪਣਾ ਗੋਪੀ ਕਾਪੜ ਖੇੜੀ ਵਾਲਾ ਤੇ ਮਤਲਬ ਪਿਆਰ ਦੇ ਨਾਲ ਤੇ ਢਾਬੇ ਦੀ ਬੈਠੀ ਮੈਂ ਲੱਗੇ ਹੱਥ ਤੇ ਆ ਜਾਓ ਫਿਰ ਕਰਦੇ ਇੰਜੋਏ ਲਾਈਫ ਬਿਜੀ ਡੇ ਲਾਈਫ ਬਹੁਤ ਜ਼ਿਆਦਾ ਆਉਂਦੇ ਆ ਅਮਨ ਜਸ ਵਲੌਗ ਦੇ ਕਰੀਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਚਲੋ ਆਪਾਂ ਪੀਣਾ ਲੈ ਵੀ ਆਪਾਂ ਪੀਣ ਲੱਗੇ ਹਾਂ ਅਮਨ ਪਰਾਂਠੇ ਨਾਲ ਚਾਹ ਅਮਨ ਹਾਂਜੀ ਜੀ ਆਪਾਂ ਹੁਣ ਵੇਲੇ ਘਰ ਪਹੁੰਚੇ ਹਾਂ ਅਤੇ ਰਾਤ ਦਾ ਟਾਈਮ ਹੋ ਗਿਆ ਵੀ 2 ਵੱਜ ਗਏ ਅਤੇ ਹੁਣ ਆਪਾਂ ਜਾ ਕੇ ਸੋਣਾ ਬਸ ਇਸ ਵੇਲੇ ਆਪਾਂ ਇੱਥੋਂ ਚਲ ਜਾਣਾ ਅਤੇ ਚਲੋ ਲੱਗਾ ਹੋਇਆ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਮਿਲਦੇ ਹਾਂ ਫਿਰ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ